ये और ये दोनों भरी होनी देखो ज्यादा सर को तेरी भी बेटी है ये 1400 आज दे दम तुम कर दे सर शराब की तस्करी नूं लैके पंजाब पुलिस का होया सख्त रुख अंतरराजी बीयर तस्करी रैकेट का भांडा फुटिया ऑपरेशन रेड रोज के तहत बिना होलोग्राम की तस्करी कर रहे लोगों के पुलिस ने कसिया शिकंजा BIO ब्रांड की शराब की वड्डी खेप आबकारी विभाग वालों की गई बरामद विभाग पंजाब से जिला पुलिस मोहाली की सांझी टीम ने किया सर्च ते कैच ऑपरेशन अग्रवाल जी और एस एस पी मोहाली श्री सुखिंदरपाल सिंह जी की अगुवाई दे रहे टीम बनाई जा रही थी कि एक इनफॉर्मेशन आ रही थी बड़े चिर तो कि इस पक्षे के इस पास कुछ कुछ बीयर के ब्रांड्स मगर हो रहे हैं इनलीगली मिल रहे हैं इस इनफॉर्मेशन डिवेलप करने वास्ते टीम्स वालों बनी गई राट साहब अपना सूप जी TETC मोहाली अपना विनोद जी ये सारे की टीम बनिया एक अज सवेरे सानू इस सक्सैस मिली जबकि एक स्पेसिफिक टिप ऑफ से सवेरे छत के कोल अभी अच्छ सवेरे जल्दी छेती एक टेंपू जहाँ के नंबर अभी प्रेस नोट से दिता है वो फड़िया गया जिसके करीब 200 के आस पास सीनियर बोक बीयर है जी जी स्पेन की कह जाता बनी हुई बीयर उसे लिखा सीनियर बोक मेड इन स्पेन वो फड़ी गई ये एक एस्कॉर्ट वहीकल आ रही थी नवी स्कॉर्पियो दोनों बंदे जो स्कॉर्पियो चला रहा वह बंदा और ड्राइवर ऑफ द वहीकल वो दोनों बंदे फड़े गए उन्होंने पुछताछ जब होर हुई तो उन्होंने सानू दो जगह दसिया जितने कि होर माल इन्हों का पिया लालू के पता सू दसिया उन्होंने एक खिजरा के बाद एक फार्म हाउस के दसिया दोनों जगह च इमीजिएटली रेड की गई तो सानू काफ़ी मात्रा के बीयर मोलर बीयर और सीनियर बोक मिली दोनों बीयर स्पेन दनिया हुई ने जी सू इस वे तक सू करीब 1400 पेटियां बीयर दिकवर हुई ने इस वे रेड चल रही ने
ਪੰਜਾਬ 'ਚ ਚੱਲ ਰਹੀਆਂ ਨੇ, ਪੰਜਾਬ 'ਚੋਂ ਬਾਹਰ ਚੱਲ ਰਹੀਆਂ, ਚੱਲ ਵੀ ਰਹੀਆਂ ਨੇ, ਕਿ ਅਸੀਂ ਕਿਤੇ ਹੋਰ ਰਿਕਵਰੀ ਕਰ ਲਈਏ। ਜਿਹੜੇ ਇਹਦੇ ਵਿੱਚ ਤਾਂ ਮੇਨ ਅਚੀਵਮੈਂਟ ਹੈਗਾ ਕੋਈ ਅੰਤਰਪ੍ਰੀਤ ਸਿੰਘ ਸਿੱਧੂ ਹੈ ਜੀ, ਇਹ ਯੂ ਐਸ ਸਿਟੀਜ਼ਨ ਹੈ, ਯੂ ਐਸ ਏ ਦਾ ਸਿਟੀਜ਼ਨ ਹੈ, ਉਹ ਇਨਵੋਲਵ ਹੈ। ਉਹਦੇ ਉਹਨੂੰ ਫੜਨ ਵਾਸਤੇ ਟੀਮਸ ਆਰ ਆਨ ਦਾ ਮੂਵ, ਸੋ ਆਈ ਥਿੰਕ ਯੂ ਵਿਲ ਗੁੱਡ ਯੂ ਵਿਲ ਗੁੱਡ ਰਿਜ਼ਲਟ ਇਨ ਅ ਡੇ ਔਰ ਸੋ। ਥਾਵਾਂ ਪਤਾ ਲੱਗੀਆਂ ਜਿੱਥੇ ਨੇ ਇਹਨਾਂ ਨੇ ਮਾਲ ਰੱਖਿਆ ਹੋਇਆ ਸੀ, ਇੱਕ ਲਾਲੂ ਦੇ ਵਿੱਚ ਔਰ ਇੱਕ ਖਿਜਰਾਬਾਦ ਦੇ ਵਿੱਚ, ਉੱਥੋਂ ਵੀ ਰਿਕਵਰੀ ਹੋਈ। ਅਤੇ ਕੁੱਲ ਮਿਲਾ ਕੇ ਅਸੀਂ 1400 ਕੇਸਿਸ ਬੀਅਰ ਦੇ, ਇੰਪੋਰਟਡ ਬੀਅਰ ਦੇ ਅਸੀਂ ਇਹ ਫੜ ਸਕੇ ਹਾਂ। ਇਸ ਦੇ ਵਿੱਚ ਸਾਨੂੰ ਹੁਣ ਅਸੀਂ ਇਹ ਫਾਰਵਰਡ ਔਰ ਬੈਕਵਰਡ ਲਿਕੇਜਸ ਲੈ ਰਹੇ ਹਾਂ, ਕਿੱਥੋਂ ਮਾਲ ਕਿੱਥੋਂ ਆਇਆ, ਐਗਜੈਕਟਲੀ ਕਿੱਥੋਂ ਚੱਲਿਆ ਔਰ ਕਿੰਨੇ ਦਿਨਾਂ ਤੋਂ ਆਇਆ। ਸਾਡਾ ਕੋਈ ਠੇਕੇਦਾਰ ਜਾਂ ਈਵਨ ਅਫਸਰ ਤੱਕ ਇਸ ਰਿਪੋਰਟ ਕਰੇਂਗੇ ਕਿ ਹੈਗਾ, ਅਸੀਂ ਐਕਸ਼ਨ ਲਾਂਗੇ। ਇਮੀਡੀਏਟਲੀ ਐਫ ਆਈ ਆਰ ਲੌਂਚ ਹੋ ਗਈ ਹੈ, ਤਫਤੀਸ਼ ਚੱਲ ਰਹੀ ਹੈ, ਰੇਡਸ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਬਾਹਰ ਕੰਟੀਨਿਊ ਕਰ ਰਹੇ ਹਾਂ, ਉਹ ਲਗਾਤਾਰ ਹੋ ਰਹੀਆਂ ਨੇ। ਦੋ ਬੰਦੇ ਅਰੈਸਟ ਹੋ ਰਹੇ ਨੇ ਜਿਹੜੇ ਤੁਹਾਨੂੰ ਮੈਂ ਦੱਸੇ ਸੀਗੇ। ਇਹ ਸਾਰੀ ਮੁਹਿੰਮ ਜਿਹੜੀ ਓਪਰੇਸ਼ਨ ਰੈਡ ਰੂਮ ਹੈਗਾ ਸਾਡਾ ਜਿਹੜਾ ਚੱਲ ਰਿਹਾ, ਉਹਦੇ ਦੌਰਾਨ ਅਸੀਂ ਚਲਾ ਰਹੇ ਹਾਂ। ਔਰ ਤੁਹਾਨੂੰ ਖੁਸ਼ੀ ਹੋਏਗੀ ਜਾਣ ਕੇ ਕਿ ਅਸੀਂ ਹੁਣ ਤੱਕ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਤਕਰੀਬਨ 18,000 526 ਐਫ ਆਈ ਆਰ ਲੌਂਚ ਕੀਤੀਆਂ ਨੇ, ਹੋ ਗਈਆਂ ਨੇ 18,000 ਹੁਣ ਤੱਕ ਜਦੋਂ ਓਪਰੇਸ਼ਨ ਰੈਡ ਰੂਮ ਓਪਰੇਸ਼ਨ ਰੈਡ ਰੂਮ ਹੋਇਆ ਔਰ 18,630 ਲੋਕ ਅਸੀਂ ਰੈਸਟ ਕਰ ਲਏ ਹੋਏ ਨੇ। 2,27,000 ਕੇਸਿਸ ਲਿੰਕਡ ਪੰਜਾਬ ਦੇ ਵਿੱਚ ਅਸੀਂ ਪੜ੍ਹੀ ਹੈ। 7,36,000 ਜਿਹੜੀ ਜੈਕ ਸ਼ਰਾਬ ਜਿਹੜੀ ਸੀਗਲੀ ਥਰੂ ਅਗਰ ਤੁਸੀਂ ਹੋਰ ਸਟੇਟ ਤੋਂ ਆਉਂਦੇ ਹੋ ਉਹ ਪੜ੍ਹੀ ਹੈ। ਔਲਮੋਸਟ ਅਸੀਂ ਜਿਹੜੀਆਂ ਜਿਹੜੀਆਂ ਨੇ ਸਿਰਫ ਕਈ ਮਤਲਬ 800 ਦੇ ਕਰੀਬ ਅਸੀਂ ਯੂਨੀਵਰਸਿਟੀ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਗਾਂਢ ਲਾਉਂਦੇ ਹਾਂ ਉਹ ਪੜ੍ਹੀ ਜਾਂਦੀ। ਇਹ ਮੁਹਿੰਮ ਬੜੇ ਜ਼ੋਰ ਨਾਲ ਕਮਜ਼ੋਰ ਨਾਲ ਚੱਲ ਰਹੀ ਹੈ। ਪੁਲਿਸ ਔਫ ਸਿਵਲ ਐਡਮਿਨਿਸਟ੍ਰੇਸ਼ਨ ਔਰ ਐਕਸਾਈਜ਼ ਦੇ ਬੜਾ ਕਲੋਜ ਕੋਆਰਡੀਨੇਸ਼ਨ ਦੇ ਨਾਲ ਅਕਰੋਸ ਦੀ ਸਟੇਟ ਚੱਲ ਰਹੀ ਹੈ। ਹਰ ਮਹੀਨੇ ਐਕਸਾਈਜ਼ ਦੇ ਐਕਸਾਈਜ਼ ਕਮਿਸ਼ਨਰ ਡੀ ਸੀ ਔਰ ਐਸ ਐਸ ਪੀ ਨਾਲ ਮੀਟਿੰਗ ਕਰਦੇ ਨੇ ਔਰ ਬਹੁਤ ਹੀ ਕਲੋਜ਼ ਕੋਆਰਡੀਨੇਸ਼ਨ ਨਾਲ ਚੱਲ ਕੇ ਇਸ ਕੰਮ ਨੂੰ ਹੱਲ ਪਾਇਆ ਜਾਂਦੇ ਹੈ।